ਅੱਜ ਮੇਰਾ ਬੇਟਾ 28.5 ਸਾਲ ਦਾ ਹੋ ਗਿਆ। ਇਹ ਬਸ ਖਲੋਤਾ ਹੀ ਸੀ, ਹੋਰ ਕੁਛ ਨਹੀਂ ਕੋਲ ਰਿਹਾ, ਖਾਲੀ ਕਹਿੰਦਾ ਇੱਥੇ ਕੀ ਹੈ, ਇੱਥੇ ਤਾਂ ਬੜੇ ਲੋਕ ਗਲਤ ਹੀ ਨੇ, ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ। ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ, ਇਹਨਾਂ ਨੂੰ ਇਹ ਪਤਾ ਲੱਗਿਆ। ਮੈਂ ਕਹਿੰਦੇ ਆਪਣਾ ਜਸ਼ਨ ਚਲਿਆ ਗਿਆ ਦੁਨੀਆ ਤੋਂ, ਉਹਦਾ ਰੂਪ ਇੰਨਾ ਚੜ ਗਿਆ ਸੀ। ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸਿਹਤ ਹੋ ਗਈ। ਕਹਿੰਦਾ ਆਪਣੇ ਪੈਰਾਂ 'ਤੇ ਖੜ ਕੇ ਵਿਆਹ ਕਰਾਉਣਾ, ਮੈਂ ਨਹੀਂ ਤੋ ਸਾਰੀ ਉਮਰ ਪੈਸੇ ਮੰਗਣੇ। ਉਹ ਫੁਲਕਾਰੀ ਲਈ ਪਈ ਉਹਦੇ ਨਾਨੇ ਦੀ। ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ। ਇਹਨਾਂ ਨਸ਼ਾ ਛਡਾਊ ਕੇਂਦਰ 'ਚ ਰਹਿ ਚੁੱਕਿਆ 4-5 ਦਿਨ ਤੋਂ। ਥੋੜ੍ਹਾ ਜਿਹਾ ਮੈਨੂੰ ਇੱਕ ਦਿਨ ਸ਼ੱਕ ਜ਼ਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ। ਇਹ ਅਸਲ 'ਚ ਇੱਥੋਂ ਸੈਂਟਰ ਨੂੰ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ, ਵੀ ਇਹ ਰਾੜਾ ਸਾਹਿਬ ਨਹੀਂ ਗਿਆ, ਇਹ ਮਾਛੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ 'ਚ ਪੈ ਗਿਆ ਹੈ। ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚੱਲਿਆ ਗਿਆ। ਉੱਧਰ ਤੋਂ ਵੀ ਦਰਿਆ ਦੇ ਨਾਲ ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ 'ਤੇ ਜਾ ਕੇ ਬੋਡੀ ਬਰਾਮਦ ਹੋਈ ਆ। ਪਰ ਉੱਥੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲੋਂ ਕੁਛ ਵੀ ਬਰਾਮਦ ਨਹੀਂ ਹੋਇਆ। ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਪਿੰਡ ਰਤੀਪੁਰ ਤੋਂ, ਜਿੱਥੇ ਦੇ ਜਸ਼ਨਪ੍ਰੀਤ ਸਿੰਘ 28 ਸਾਲਾ ਨੌਜਵਾਨ ਨੂੰ ਨਸ਼ੇ ਦੇ ਸੱਪ ਨੇ ਨਿਗਲ ਲਿਆ। ਇਹ ਕਹਿ ਸਕਦੇ ਹਾਂ ਮਾਛੀਵਾੜਾ ਸਾਹਿਬ ਤੋਂ 10 ਕਿਲੋਮੀਟਰ ਦੂਰ ਵਗਦੇ ਸਤਲੁਜ ਦਰਿਆ ਦੇ ਤੁਸੀਂ ਬੰਨ 'ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦੀ ਜਦੋਂ ਖਬਰ ਮਾਪਿਆਂ ਨੂੰ ਮਿਲਦੀ ਹੈ ਤਾਂ ਉਹਨਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ, ਕਿਉਂਕਿ ਮਾਪਿਆਂ ਨੂੰ ਇਹ ਮ੍ਰਿਤਕ ਨੌਜਵਾਨ ਘਰੋਂ ਕਹਿ ਕੇ ਗਿਆ ਸੀ ਕਿ ਉਹ ਰਾੜਾ ਸਾਹਿਬ ਜਾ ਰਿਹਾ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਨਸ਼ੇ ਤੋਂ ਬਚਣ ਦੇ ਲਈ, ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ। ਪਰ ਜਦੋਂ ਉਸਦੀ ਲਾਸ਼ ਬਰਾਮਦ ਹੁੰਦੀ ਹੈ ਸਤਲੁਜ ਦਰਿਆ ਦੇ ਤੁਸੀਂ ਬੰਨ ਤੋਂ, ਤਾਂ ਮਾਪਿਆਂ ਦੇ ਇੱਕ ਵਾਰ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਮੇਰਾ ਇਕਲੌਤਾ ਪੁੱਤਰ ਜਸਮੀਤ ਸਿੰਘ, ਉਮਰ ਕਰੀਬ 28 ਸਾਲ ਹੋਊਗੀ। ਮੈਰਿਡ ਸੀਗੇ ਜੀ? ਨਹੀਂ, ਅਨਮੈਰਿਡ ਸੀਗਾ ਜੀ। ਕੀ ਕਾਰਨ ਬਣਿਆ ਜੀ, ਜਿਹੜੇ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਆ? ਕਾਰਨ ਤਾਂ ਜੀ ਹੁਣ ਸੱਚ ਤਾਂ ਪਤਾ ਲੱਗੂਗਾ, ਉਹਦੀ ਮੈਡੀਕਲ ਰਿਪੋਰਟ ਤੋਂ ਹੀ ਪਤਾ ਲੱਗੂਗਾ। ਯਾਨੀ ਜੋ ਮੌਕੇ 'ਤੇ ਜਿਵੇਂ ਪੁਲਿਸ ਨੇ ਦੇਖਿਆ ਜਾਂ ਉੱਥੇ ਜੋ ਲੰਘਦਿਆਂ ਨੇ ਦੇਖਿਆ, ਤਾਂ ਉਹਨਾਂ ਤੋਂ ਹੀ ਅੰਦਾਜ਼ਾ ਲੱਗਦਾ ਵੀ ਸ਼ਾਇਦ ਕੋਈ ਨਸ਼ੇ ਦਾ ਰੀਜਨ ਹੋਵੇ ਇਹਦੇ ਵਿੱਚ। ਨਸ਼ੇ ਦੱਸਦੀ ਸੀਗੇ ਜੀ ਪਹਿਲਾਂ ਵੀ ਨਸ਼ੇ ਕਰਦਾ ਸੀਗਾ? ਕਰਦਾ ਸੀ ਜੀ, ਹਟ ਜਾਂਦਾ ਸੀ ਵਿੱਚ, ਥੋੜ੍ਹਾ ਬਹੁਤ ਕਰਦਾ ਸੀ, ਬਹੁਤ ਵੱਡਾ ਆਦੀ ਨਹੀਂ ਸੀਗਾ, ਕਰਦਾ ਜ਼ਰੂਰ ਸੀਗਾ। ਨਸ਼ਾ ਛਡਾਊ ਕੇਂਦਰ 'ਚ ਵੀ ਰਹਿ ਚੁੱਕੇ ਜੀ ਪਹਿਲਾਂ? ਹਾਂਜੀ, ਪਹਿਲਾਂ ਨਸ਼ਾ ਛਡਾਊ ਕੇਂਦਰ 'ਚ ਰਹਿ ਚੁੱਕਿਆ ਅਤੇ ਠੀਕ ਹੋ ਗਿਆ ਸੀਗਾ ਐਨ, ਅਤੇ ਹੁਣ ਵੀ ਤਕਰੀਬਨ ਠੀਕ ਸੀਗਾ, 10-12 ਦਿਨ ਠੀਕ ਰਿਹਾ ਵਾ। ਹੁਣ 4-5 ਦਿਨ ਤੋਂ ਥੋੜ੍ਹਾ ਜਿਹਾ ਮੈਨੂੰ ਇੱਕ ਦਿਨ ਸ਼ੱਕ ਜ਼ਰੂਰ ਪਈ ਸੀ ਵੀ ਹੋ ਸਕਦਾ ਇਹਨੇ ਕਰਿਆ ਹੋਵੇ। ਅਤੇ ਹੁਣ ਲਾਸਟ ਟਾਈਮ ਆ ਕੇ ਨਾ ਇਹਦੇ, ਪਹਿਲਾਂ ਅਸੀਂ ਸਟੱਡੀ ਬੇਸ 'ਤੇ ਇਹਦੇ ਲਾਉਂਦੇ ਰਹੇ, ਅਪਲਾਈ ਕਰਦੇ ਰਹੇ, ਅਤੇ ਇਹਦਾ ਵੀਜ਼ਾ ਸਟੱਡੀ ਬੇਸ 'ਤੇ ਲੱਗਿਆ ਨਹੀਂ ਹੈਗਾ। 4-5 ਵਾਰੀ ਕੈਨੇਡਾ ਦਾ ਅਮੈਰੀਕਾ ਦਾ ਟਰਾਈ ਕਰਿਆ ਲੇਕਿਨ ਵੀਜ਼ਾ ਨਹੀਂ ਲੱਗਿਆ। ਚਾਹੁੰਦਾ ਬਾਹਰ ਜਾਣਾ ਸੀਗਾ। ਹੁਣ ਅਸੀਂ ਪੇਪਰ ਲਾਏ ਸੀ ਇਹਦੇ ਅਮੈਰੀਕਾ ਦੇ, ਅਤੇ ਹੁਣ ਇਹਨੂੰ ਅਮੈਰੀਕਾ ਦੇ ਜਿਹਦੇ ਏਜੰਟ ਅਸੀਂ ਲਾਏ ਸੀਗੇ ਨਾ, ਉਹਦੇ ਵੱਲ ਹੁਣ ਜੈਸ ਹੋ ਗਈ ਸੀ, ਉਹਨੇ 22 ਤਰੀਕ ਨੂੰ ਇਹਦੀ ਫਲੈਟ ਕਰਾਉਣੀ ਸੀਗੀ। ਅਤੇ ਉਹਦੇ ਸੰਬੰਧ ਵਿੱਚ ਮੈਂ ਇਹਨੂੰ ਏਜੰਟ ਨੇ ਵੀ ਕਿਹਾ ਅਤੇ ਮੈਂ ਵੀ ਕਿਹਾ ਵੀ ਇਹਦੇ 'ਤੇ ਤੇਰਾ ਮੈਡੀਕਲ ਹੋਣਾ ਵਾ, ਵੀ ਆਪਾਂ ਨੂੰ ਕੋਈ ਮੈਡੀਕਲੀ ਪ੍ਰੋਬਲਮ ਨਾ ਆਵੇ, ਵੀ ਜੇ ਇਹਨੂੰ ਕੋਈ ਨਸ਼ਾ ਜਾਂ ਕੋਈ ਗਲਤ ਕੰਮ ਕਰਦਾ ਵਾ ਤਾਂ ਸਾਨੂੰ ਦੱਸ ਦੇ ਵੀ ਅਸੀਂ ਤੇਰਾ ਮੈਡੀਕਲੀ ਇਲਾਜ ਕਰਾ ਲਈਏ, ਵੀ ਆਪਾਂ ਨੂੰ ਕੋਈ ਜਾਣ 'ਚ ਕੋਈ ਪ੍ਰੋਬਲਮ ਨਾ ਆਵੇ। ਅਤੇ
ਇਹਨੇ ਸਾਨੂੰ ਪੂਰੀ ਗੱਲ ਤਾਂ ਨਹੀਂ ਦੱਸੀ, ਇਹਨੇ ਇਹ ਦੱਸਤਾ ਸਾਨੂੰ ਵੀ ਕੋਈ ਗੱਲ ਨਹੀਂ। ਫਿਰ ਮੈਂ ਸੈਂਟਰ 'ਚ ਰਹਿ ਕੇ ਇਹਨੇ ਕਿਸੇ ਪੁਰਾਣੇ ਵਾਕਫ ਫਰੈਂਡ ਨੇ ਸੈਂਟਰ ਖੋਲ੍ਹਿਆ ਹਰਾੜਾ ਸਾਹਿਬ, ਇਹਨੇ ਉਹਦੇ ਨਾਲ ਸੰਪਰਕ ਕਰਿਆ, ਉਹਨੇ ਇਹਨੂੰ ਵਿਸ਼ਵਾਸ 'ਚ ਲਿਆ ਵੀ ਹਾਂ ਅਸੀਂ ਦਵਾਈ ਦੇ ਕੇ ਮੈਡੀਕਲੀ ਐਨ ਵੀ ਤੁਹਾਡਾ ਮਾਇੰਡ ਸੈੱਟ ਕਰਕੇ ਐਨ ਪੂਰਾ ਅਸੀਂ ਟ੍ਰੀਟਮੈਂਟ ਕਰਦੇ ਹਾਂ ਵੀ ਅਸੀਂ ਆਮ ਨਸ਼ਾ ਛਡਾਊ ਕੇਂਦਰਾਂ ਵਾਂਗੂ ਇਹ ਨਹੀਂ ਹੈਗਾ ਵੀ ਇੱਕ ਨਸ਼ੇ ਤੋਂ ਛਡਾ ਤਾ ਹੋਰ ਨਸ਼ੇ 'ਤੇ ਲਾ ਤੇ ਜਾਂ ਕੋਈ ਧੱਕੇ ਨਾਲ ਛਡਾਉਣ ਵਾਲਾ ਨਹੀਂ, ਅਸੀਂ ਪੂਰਾ ਪ੍ਰਪੇਅਰ ਕਰਕੇ ਮੈਡੀਕਲੀ ਐਨ ਟ੍ਰੀਟਮੈਂਟ ਕਰਕੇ ਅਸੀਂ ਨਸ਼ੇ ਪ੍ਰੋਪਰ ਤਰੀਕੇ ਨਾਲ ਛਡਾਉਂਦੇ ਹਾਂ ਵੀ ਕੋਈ ਗੱਲ ਨਹੀਂ ਅਸੀਂ 10 ਦਿਨ ਦੇ ਵਿੱਚ ਅਸੀਂ ਇਹਨੂੰ ਠੀਕ ਕਰ ਦਾਂਗੇ। ਮੇਰੀ ਖੁਦ ਉਸ ਸੈਂਟਰ ਵਾਲੇ ਨਾਲ ਗੱਲ ਹੋਈ ਹੈ, ਉਹਨੇ ਮੈਨੂੰ ਪੂਰਾ ਵਿਸ਼ਵਾਸ 'ਚ ਲਿਆ ਇਸ ਗੱਲ ਲਈ ਅਤੇ ਇਸ ਦੌਰਾਨ ਮੈਂ ਇਹਨੂੰ ਇੱਥੋਂ ਫਿਰ ਘਰੋਂ ਗਿਆ ਵਾ, ਇਹ ਸੈਂਟਰ ਦਾ ਕਹਿ ਕੇ ਗਿਆ ਵਾ, ਉਹਨਾਂ ਨੇ ਮੈਨੂੰ ਕਹਿਤਾ ਵੀ ਕੋਈ ਗੱਲ ਨਹੀਂ ਭੇਜ ਦਿਓ ਇਹਨੂੰ ਵੀ ਅੱਗੇ ਅਸੀਂ ਇਹਨੂੰ ਗੱਡੀ ਵਿੱਚ ਲੈ ਜਾਵਾਂਗੇ। ਅਤੇ ਸਾਨੂੰ ਤਾਂ ਇਹ ਦੂਏ ਦਿਨ ਇਸ ਗੱਲ ਦਾ ਪਤਾ ਲੱਗਦਾ ਵਾ ਜਦੋਂ ਬਾਡੀ ਟਰੇਸ ਹੁੰਦੀ ਆ ਤਾਂ ਪੁਲਿਸ ਵੱਲੋਂ ਫੇਸਬੁੱਕ 'ਤੇ ਪਾਇਆ ਜਾਂਦਾ, ਪੇਪਰ 'ਚ ਫੋਟੋ ਲਾਈ ਜਾਂਦੀ ਆ, ਤਾਂ ਉਹ ਦੇਖ ਕੇ ਫਿਰ ਸਾਨੂੰ ਆਲੇ ਦੁਆਲੇ ਤੋਂ ਪਤਾ ਲੱਗਿਆ ਵੀ ਦੇਖੋ ਤਾਂ ਫੋਟੋ ਪਛਾਣੋ ਤਾਂ ਸਾਨੂੰ ਉਹਦੀ ਲੱਗਦੀ ਹੈ। ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਹ ਫੋਟੋ ਦੇਖੀ ਫੇਸਬੁੱਕ 'ਤੇ ਤਾਂ ਮੈਨੂੰ ਤਾਂ ਫਿਰ ਕਲੀਅਰ ਹੀ ਪਤਾ ਸੀਗਾ ਵੀ ਇਹ ਮੇਰੇ ਬੇਟੇ ਹੀ ਹੈ, ਪਹਿਚਾਣ ਹੋ ਗਈ ਸੀਗੀ। ਇਹ ਅਸਲ 'ਚ ਇੱਥੋਂ ਸੈਂਟਰ ਨੂੰ ਗਿਆ ਸੀਗਾ ਜੀ ਰਾੜਾ ਸਾਹਿਬ ਕਹਿ ਕੇ, ਜੋ ਮੇਰੀ ਸੈਂਟਰ ਵਾਲੇ ਨਾਲ ਗੱਲ ਹੋਈ ਆ ਉਹਨਾਂ ਦਾ ਸੈਂਟਰ ਰਾੜਾ ਸਾਹਿਬ ਹੈਗਾ, ਇੱਥੋਂ ਰਾੜਾ ਸਾਹਿਬ ਨੂੰ ਗਿਆ ਵਾ ਇਹ। ਪਰ ਅਸਲ 'ਚ ਇਹ ਜੋ ਮੇਰੇ ਦੇਖਣ 'ਚ ਜਾਂ ਆਇਆ ਹੁਣ ਸਾਰੇ ਦੇਖ ਕੇ ਵੀ ਇਹ ਰਾੜਾ ਸਾਹਿਬ ਨਹੀਂ ਗਿਆ, ਇਹ ਮਾਛੀਵਾੜਾ ਸਾਹਿਬ ਤੋਂ ਹੀ ਆਪਦੇ ਕਿਸੇ ਫਰੈਂਡਾਂ ਦੇ ਸਰਕਲ 'ਚ ਪੈ ਗਿਆ ਹੈ। ਇਹਦੇ ਕੋਲ ਐਕਟਿਵਾ ਸਕੂਟਰੀ ਸੀ, ਇੱਥੋਂ ਘਰੋਂ ਲੈ ਕੇ ਗਿਆ ਐਕਟਿਵਾ ਸਕੂਟਰੀ, ਇਹਨੇ ਆਪਣਾ ਜਿੱਥੇ ਹੇਅਰ ਕਟਿੰਗ ਦੀ ਦੁਕਾਨ ਸੀ ਇਹਦੇ ਕਿਸੇ ਫਰੈਂਡ ਦੀ, ਉੱਥੇ ਖੜਾ ਗਿਆ ਇਹ, ਉਹ ਆਪਦੇ ਫਰੈਂਡਾਂ ਨਾਲ ਇਹ ਗੱਡੀ 'ਚ ਬੈਠ ਕੇ ਕਿਸੇ ਹੋਰ ਜਗ੍ਹਾ ਚਲਿਆ ਗਿਆ। ਇਹ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਕਿੱਥੇ ਗਏ ਇਹ ਗੱਡੀ 'ਚ ਬੈਠ ਕੇ, ਪੂਰਾ ਸਾਨੂੰ ਪਤਾ ਨਹੀਂ ਲੱਗਿਆ। ਪਰ ਜੋ ਬਾਡੀ ਆ ਉਹ ਸਾਡੇ ਮਾਛੀਵਾੜਾ ਸਾਹਿਬ ਤੋਂ ਕਰੀਬ 15 ਕਿਲੋਮੀਟਰ ਕਹਿ ਲਓ 18 ਕਿਲੋਮੀਟਰ, ਜੋ ਸਾਡਾ ਸਤਲੁਜ ਦਰਿਆ ਵਗਦਾ ਰਾਹੋਂ ਵਾਲੇ ਸਾਈਡ 'ਤੇ ਨੂੰ, ਉੱਧਰ ਤੋਂ ਵੀ ਦਰਿਆ ਦੇ ਨਾਲ ਨਾਲ ਜਾ ਕੇ ਕਰੀਬ 2-3 ਕਿਲੋਮੀਟਰ ਸਾਈਡ 'ਤੇ ਜਾ ਕੇ ਬਾਡੀ ਬਰਾਮਦ ਹੋਈ ਆ। ਸਾਨੂੰ ਵੀ ਇਹੀ ਹੈਰਾਨੀ ਆ ਵੀ ਇਹ ਉੱਥੇ ਜਾਣ ਦਾ ਸਾਨੂੰ ਵੀ ਕੋਈ ਹਜੇ ਤੱਕ ਰੀਜਨ ਲੱਭਿਆ ਨਹੀਂ ਵੀ ਐਡੀ ਦੂਰ ਇਕੱਲੇ ਦੀ ਬਾਡੀ, ਇਹਦੇ ਕੋਲ ਫੋਨ ਸੀ, ਇਹਦੇ ਬੈਗ ਵਿੱਚ ਕੱਪੜੇ ਸੀਗੇ, ਇਹਦੇ ਪ੍ਰੂਫ ਸੀਗੇ ਇਹਦੇ ਜੇਬਾਂ 'ਚ, ਪਰ ਉੱਥੋਂ ਪੁਲਿਸ ਦੱਸਦੀ ਹੈ ਵੀ ਇਹਦੇ ਕੋਲੋਂ ਕੁਛ ਵੀ ਬਰਾਮਦ ਨਹੀਂ ਹੋਇਆ। ਤਾਂ ਜਿੱਥੇ ਇੱਕ ਪਾਸੇ ਪਿਤਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਦੇ ਕੱਪੜਿਆਂ ਵਾਲਾ ਬੈਗ ਆਦਿ ਕਈ ਸਾਰੇ ਸਰਟੀਫਿਕੇਟਸ ਵੀ ਉਸਦੇ ਬਰਾਮਦ ਨਹੀਂ ਹੋਏ ਤਾਂ ਜੋ ਉਸਦੀ ਪਹਿਚਾਣ ਨਾ ਹੋ ਸਕੇ, ਤਾਂ ਇਹ ਹੋ ਸਕਦਾ ਕਿ ਉਸਦੇ ਪੁੱਤਰ ਦੇ ਨਾਲ ਕੋਈ ਅਣਚਾਹੀ ਘਟਨਾ ਵਾਪਰੀ ਹੋਵੇ, ਨਹੀਂ ਤਾਂ ਉਹ ਤਾਂ ਰੌੜਾ ਸਾਹਿਬ ਲਈ ਕਹਿ ਕੇ ਗਿਆ ਸੀ ਕਿ ਨਸ਼ੇ ਦੇ ਦਲਦਲ ਦੇ ਵਿੱਚੋਂ ਬਚ ਕੇ ਉਹ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਬਸਰ ਕਰੇਗਾ। ਪਰ ਇੱਕਦਮ ਅਜਿਹੀ ਖਬਰ ਦਾ ਆਉਣਾ ਸਾਰੇ ਹੀ ਘਰ ਨੂੰ ਇੱਕ ਵਾਰ ਤੋੜ ਜਾਂਦਾ ਹੈ ਅਤੇ ਮਾਂ ਦੀ ਹਾਲਤ ਤੁਸੀਂ ਵੇਖ ਸਕਦੇ ਹੋ, ਜੋ ਕਿ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ, ਵਿਆਹੁਣਾ ਚਾਹੁੰਦੀ ਸੀ, ਪਰ ਜਿਹੜੇ ਉਸਦੇ ਸੁਪਨੇ ਨੇ ਉਹ ਤਿਰੜ ਚੁੱਕੇ ਨੇ। ਤਾਂ ਤੁਸੀਂ ਵੇਖ ਸਕਦੇ ਹੋ ਉਸਦੀ ਤਕਲੀਫ ਦਾ ਇਹ ਮੰਜ਼ਰ। ਬੇਟੇ ਨੂੰ ਜਸਮੀਤ ਸਿੰਘ ਸਿੱਧੂ, ਕਿੰਨੀ ਕੁ ਉਮਰ ਸੀਗੀ ਜੀ ਬੇਟੇ ਦੀ? ਅੱਜ ਮੇਰਾ ਬੇਟਾ 28.5 ਸਾਲ ਦਾ ਹੋ ਗਿਆ। ਵਿਆਹ ਤਾਂ ਨਹੀਂ ਹੋਇਆ? ਨਹੀਂ, ਵਿਆਹ 23 ਜੁਲਾਈ 1995 ਦਾ ਉਹਦਾ ਬਰਥ। ਇਕਲੌਤਾ ਪੁੱਤਰ ਸੀਗਾ? ਇਹ ਬਸ ਇਕਲੌਤਾ ਹੀ ਸੀ, ਹੋਰ ਕੁਛ ਨਹੀਂ ਕੋਲ ਰਿਹਾ ਖਾਲੀ। ਜਦੋਂ ਉਹ ਘਰੋਂ ਗਿਆ ਆਖਰੀ ਟਾਈਮ, ਕੀ ਕਿਹਾ ਉਹਨੇ ਤੁਹਾਨੂੰ, ਕੀ ਗੱਲ ਹੋਈ ਸੀ ਤੁਹਾਡੇ ਨਾਲ? ਕੋਈ ਗੱਲ ਐਸੀ ਨਹੀਂ ਹੋਈ, ਬੜਾ ਪਿਆਰ ਆ ਪੁੱਤ, ਬੜੀ ਮੇਰੇ ਨਾਲ ਗੱਲਾਂ ਕੀਤੀਆਂ, ਮੇਰੇ ਤੋਂ ਸਿਰ 'ਚ ਤੇਲ 'ਚ ਸਾਇਆ ਉਹਨੇ, ਕਹਿੰਦਾ ਮੇਰੇ ਸਿਰ 'ਚ ਤੇਲ 'ਚ ਹੱਸ ਸਿੱਕਰੀ ਹੋਈ ਹੋਈ ਆ, ਮੈਂ ਚੱਸਿਆ, ਕਹਿੰਦਾ ਮੇਰੀ ਢੂਈ 'ਤੇ ਖਾ ਜਾਂਦੀ ਆ, ਮੈਂ ਢੂਈ 'ਤੇ ਵੀ ਤੇਲ ਮਿਲਿਆ ਨਾਰੀਅਲ ਦਾ, ਮੈਨੂੰ ਬੜੀਆਂ ਗੱਲਾਂ ਕੀਤੀਆਂ, ਕਹਿੰਦਾ ਹੁਣ ਤਾਂ ਮੈਂ ਵਿਦੇਸ਼ ਚਲਿਆ ਜਾਣਾ,
ਇੱਥੇ ਦੀ ਧਰਤੀ ਤੋਂ ਮੋਹ ਮੁੱਕ ਗਿਆ, ਮੈਨੂੰ ਨਹੀਂ ਇੱਥੇ ਦੀ ਧਰਤੀ ਵਧੀਆ ਲੱਗਦੀ ਹੈਗੀ। ਕਹਿੰਦਾ ਇੱਥੇ ਕੀ ਹੈ, ਇੱਥੇ ਤਾਂ ਬੜੇ ਲੋਕ ਗਲਤ ਹੀ ਨੇ, ਕੋਈ ਕਿਸੇ ਨੂੰ ਦੇਖ ਕੇ ਨਹੀਂ ਪਸੰਦ ਕਰਦਾ। ਮੇਰਾ ਪੁੱਤ ਹੱਸਦਾ ਗਿਆ, ਸਾਡੇ ਨਾਲ ਜੱਫੀਆਂ ਪਾਉਂਦਾ ਗਿਆ, ਆਪਣੇ ਡੈਡੀ ਨੂੰ ਜੱਫੀ ਪਾਈ, ਮੈਨੂੰ ਜੱਫੀ ਪਾ ਕੇ ਘੁੱਟ ਘੁੱਟ ਕੇ ਮਿਲ ਕੇ ਗਿਆ। ਮੈਂ ਕੋਈ ਗੱਲ ਝੂਠ ਨਹੀਂ ਕਦੇ ਵੀਰੇ ਬੋਲਦੀ ਹੁੰਦੀ। ਬਸ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਦੀ ਡੈਥ ਹੋ ਚੁੱਕੀ ਆ? ਮੈਂ ਤਾਂ ਕਿਚਨ 'ਚ ਕੰਮ ਕਰਦੀ ਸੀਗੀ, ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚਲੇ ਗਏ, ਇਹਨਾਂ ਨੂੰ ਇਹ ਪਤਾ ਲੱਗਿਆ। ਮੈਂ ਕੀ ਹੋਇਆ, ਕਹਿੰਦੇ ਆਪਣਾ ਜਸ਼ਨ ਚਲਿਆ ਗਿਆ ਦੁਨੀਆ ਤੋਂ, ਆਪਣਾ ਮਿੱਠੂ ਦੁਨੀਆ ਤੋਂ ਚਲਿਆ ਗਿਆ, ਹੋਰ ਕੁਛ ਨਹੀਂ ਦੱਸਿਆ। ਮੇਰੇ ਕੋਲ ਚਲੇ ਗਏ ਰਸੋਈ 'ਚ, ਮੈਂ ਤਾਂ ਰਸੋਈ 'ਚ ਕੰਮ ਕਰਦੀ ਸੀ ਕਿਚਨ 'ਚ। ਆਖਰੀ ਟਾਈਮ ਜਦੋਂ ਗਿਆ ਕਿੱਧਰ ਨੂੰ ਗਿਆ ਸੀਗਾ? ਉਹ ਮੈਨੂੰ ਕਹਿ ਕੇ ਗਿਆ, ਮੈਂ ਰਾੜਾ ਸਾਹਿਬ ਨੂੰ ਚੱਲਿਆ, ਮੰਮਾ ਮੈਂ ਉੱਥੇ ਜਾਣਾ, ਮੈਂ ਉੱਥੇ ਜਾ ਕੇ ਆਉਣਾ। ਮੈਂ ਕਿਹਾ ਚੱਲਿਆ ਜਾ ਵੀ ਟੂ ਚੱਲਿਆ ਜਾ, ਪਰ ਆਹ ਟਾਈਮ ਗਿਆ। ਮੈਂ ਉਹਨੂੰ ਜਾਣ ਨਹੀਂ ਸੀ ਦਿੰਦੀ ਵੀ ਨਹੀਂ ਜਾਣਾ ਨਹੀਂ ਹੈਗਾ, ਚਾਹ ਉਹ ਚੱਲੀ ਨਹੀਂ ਜਾਣਾ ਹੈਗਾ, ਐਸੇ ਟਾਈਮ ਗਿਆ ਉਹ। ਇਸ ਤੋਂ ਪਹਿਲਾਂ ਵੀ ਇਹ ਨਸ਼ਾ ਛਡਾਓ ਕੇਂਦਰ 'ਚ ਰਹਿ ਚੁੱਕੇ ਜੀ? ਨਹੀਂ, ਕਿਤੇ ਇੱਕ ਵਾਰੀ ਭੇਜਿਆ ਸੀਗਾ, ਛੱਡ ਗਿਆ ਸੀ, ਕੁਛ ਨਹੀਂ ਸੀ ਕਰਦਾ ਵੀਰੇ। ਸੱਚੀ ਗੱਲ ਤਾਂ ਸੋਹਣਾ ਬਹੁਤ ਹੋ ਗਿਆ, ਜਵਾਨ ਬੜਾ ਹੋਇਆ ਹੋਇਆ ਸੀਗਾ, ਉਹ ਤਾਂ ਰੂਪ ਇੰਨਾ ਚੜ੍ਹ ਗਿਆ ਸੀ। ਮੈਂ ਕਹਿੰਦੀ ਸੀ ਹੁਣ ਬੜੀ ਸੋਹਣੀ ਸਿਹਤ ਹੋ ਗਈ, ਨਾ ਕੀਤਾ ਨਹੀਂ ਵਿਆਹ, ਮੰਨਦਾ ਨਹੀਂ ਸੀ, ਕਹਿੰਦਾ ਆਪਣੇ ਪੈਰਾਂ 'ਤੇ ਖੜ ਕੇ ਵਿਆਹ ਕਰਾਉਣਾ, ਮੈਂ ਨਹੀਂ ਤੋਂ ਸਾਰੀ ਉਮਰ ਪੈਸੇ ਮੰਗਣੇ। ਜੇ ਮੇਰੇ ਪੁੱਤ 'ਤੇ ਕੋਈ ਕੁੜੀ ਵੀ ਹੁੰਦੀ, ਮੈਂ ਅੱਜ ਦੇਖਦੀ ਉਹਨੂੰ। ਮਾਂ ਦੀਆਂ ਬਹੁਤ ਰੀਝਾਂ ਹੁੰਦੀਆਂ ਪੁੱਤ ਨੂੰ ਬੜਾ ਕਰਨਾ, ਬੜਾ ਜਵਾਨ ਹੋ ਗਿਆ, ਵਿਆਹ ਦੀਆਂ ਰੀਝਾਂ ਵੀ ਹੁੰਦੀਆਂ। ਉਹ ਫੁਲਕਾਰੀ ਲਈ ਪਈ ਉਹਦੇ ਨਾਨੇ ਦੀ, ਉੱਥੇ ਪਈਆ ਦੇਖ ਲਓ, ਚੜਾਊਗੀ ਉਹਦੇ ਪਾਊਗੀ ਰੀਝਾਂ ਲਾ ਕੇ। ਮਾਛੀਵਾੜਾ ਸਾਹਿਬ ਤੋਂ ਰਾਜ ਮਨਰੋ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।